ਸਸਿਗਾ ਦੋਸਤੋ ਅੱਜ ਇੱਕ ਬਹੁਤ ਪਿਆਰਾ ਜਿਹਾ ਗਿਫਟ ਆਇਆ ਕਿਸੇ ਮਿੱਤਰ ਵੱਲੋਂ ਬਹੁਤ ਵਧੀਆ ਗਿਫਟ ਆਇਆ ਤੇ ਜਿਆਦਾਤਰ ਆਪਾਂ ਦੇਖਦੇ ਆਂ ਕਿਸੇ ਵੀ ਸ਼ੋਰੂਮ ਤੇ ਵੱਡੇ ਤੇ ਜਾਂਦੇ ਆਂ ਜਾਂ ਕਿਤੇ ਕਿਸੇ ਐਕਟਰਾਂ ਕੋਲ ਦੇਖਦੇ ਆਂ ਉਹਨਾਂ ਕੋਲ ਇੱਕਾ ਮਾਰਸ਼ਲ ਦੇ ਨਹੀਂ ਪਏ ਹੁੰਦੇ ਜਿਵੇਂ ਸਪੀਕਰ ਜਿਆ ਤੇ ਇਹ ਆਪਾਂ ਨੂੰ ਆਇਆਗਾ ਤੇ ਇਹਦੇ ਇੱਕ ਤਾਂ ਮੈਨੂੰ ਸਭ ਤੋਂ ਵਧੀਆ ਜਿਹੜੀ ਖੁਸ਼ੀ ਵਾਲੀ ਗੱਲ ਲੱਗੀ ਨਾ ਗੁਰੀ ਘਰਾਂਗਣਾ ਨਾਮ ਲਿਖ ਕੇ ਭੇਜਿਆ ਬਾਈ ਨੇ ਯਾਰ ਬਹੁਤ ਮਤਲਬ ਪਿਆਰ ਤਬੀਰਾਂ ਨੇ ਤੇ ਬਹੁਤ ਖੁਸ਼ੀ ਹੋਈ ਵੀ ਇਹ ਚੀਜ਼ ਦੇਖ ਕੇ ਇੱਕ ਦੇਸੀ ਫੂਡ ਕੰਪਨੀ ਦਾ ਇਹ ਇਹ ਤੁਹਾਨੂੰ ਦੱਸਾਂਗੇ ਵੀ ਲੈ ਵੀ ਆਪਾਂ ਕਿਵੇਂ ਸਕਦੇ ਆ ਤੇ ਇੱਕ ਸਭ ਤੋਂ ਵਧੀਆ ਜਿਹੜੀ ਇਹਦੀ ਮੈਨੂੰ ਚੀਜ਼ ਲੱਗੀ ਵੀ ਆਪਾਂ ਕਿਸੇ ਨੂੰ ਆਪਣੇ ਦੋਸਤ ਮਿੱਤਰ ਨੂੰ ਗਿਫਟ ਦੇਣਾ ਚਾਹੁੰਦੇ ਆ ਉਹਦੇ ਵਿੱਚ ਚਾਹੇ ਕੋਈ ਆਪਣਾ ਨੌਜਵਾਨ ਹੋਵੇ ਚਾਹੇ ਬੱਚਾ ਹੈ ਚਾਹੇ ਬਜ਼ੁਰਗ ਹੈ ਕਿਉਂਕਿ ਜਿਵੇਂ ਬਜ਼ੁਰਗ ਜ਼ਿਆਦਾਤਰ ਗੁਰਬਾਣੀ ਵਗੈਰਾ ਜਾਂ ਪਾਠ ਵਗੈਰਾ ਸੁਣਦੇ ਨੇ ਤੇ ਨੌਜਵਾਨ ਗਾਣੇ ਵਗੈਰਾ ਸੁਣਦੇ ਨੇ ਤਾਂ ਉਹਨਾਂ ਨੂੰ ਆਪਾਂ ਇਹ ਗਿਫਟ ਕਰ ਸਕਦੇ ਆ ਸਸਤਾ ਬਹੁਤ ਆ ਮੈਂ ਤਾਂ ਰੇਟ ਪੁੱਛਿਆ ਬਾਈ ਨੂੰ ਤੇ 5000 ਰੁਪਇਆ ਸਰਪੇ ਇਹਦਾ ਰੇਟ ਹੈਗਾ ਤੇ ਜਿਵੇਂ ਦੂਸਰੀਆਂ ਕੰਪਨੀ ਨੇ ਆਉਂਦੇ ਨੇ ਉਹ ਕਾਫੀ ਮਹਿੰਗੇ ਪੈਂਦੇ ਨੇ ਤੇ ਪਰ ਇਹ ਨੋਰਮਲ ਰੇਟ ਦੇ ਵਿੱਚ ਹੈ ਤੇ ਸਭ ਤੋਂ ਵੱਡੀ ਚੀਜ਼ ਵੀ ਤੁਸੀਂ ਕਿਸੇ ਵੀ ਆਪਦੇ ਪਿਆਰੇ ਨੂੰ ਗਿਫਟ ਦੇਣਾ ਹੈ ਉਹਦਾ ਨਾਮ ਤੁਸੀਂ ਲਿਖ ਕੇ ਭੇਜ ਸਕਦੇ ਹੋ ਇੰਗਲਿਸ਼ 'ਚ ਵੀ ਲਿਖ ਸਕਦੇ ਹੋ ਪੰਜਾਬੀ ਹਿੰਦੀ ਜੋ ਮਰਜੀ ਲੈਂਗੁਏਜ ਦੇ ਵਿੱਚ ਤੁਸੀਂ ਆਪਦਾ ਨਾਮ ਲਿਖ ਸਕਦੇ ਹੋ ਸਾਰਾ ਲੱਕੜ ਦਾ ਬਣਿਆ ਉੱਪਰ ਹਾ ਲੈਦਰ ਲੱਗਿਆ ਬਹੁਤ ਸੋਹਣਾ ਤੇ ਆਵਾਜ਼ ਜਿਵੇਂ ਅਸੀਂ ਚੈੱਕ ਕੀਤਾ ਠੀਕ ਠਾਕ ਹੈ ਪਰ ਜਿਵੇਂ ਨੋਰਮਲ ਤੁਸੀਂ ਸੁਣਨ ਦੇ ਵਾਸਤੇ ਵਧੀਆਗਾ ਤੇ ਪਰ ਰੇਟ ਵੀ 5000 5000 ਚ ਤੁਹਾਨੂੰ ਇੱਕ ਬ੍ਰਾਂਡ ਆਪਣੇ ਬ੍ਰਾਂਡ ਤੋਂ ਵੱਡਾ ਨਾਮ ਲਿਖ ਕੇ ਦਿੱਤਾ ਉਹਨਾਂ ਨੇ ਤੇ ਇਹ ਬਹੁਤ ਵੱਡੀ ਗੱਲ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ ਬਾਈ ਦਾ ਦੁਬਾਰਾ ਵੀ ਜਿਨ੍ਹਾਂ ਨੇ ਸਾਡੇ ਕੋਲ ਇੱਕ ਇਹ ਨਵੀਂ ਚੀਜ਼ ਭੇਜੀ ਤੇ ਜਿਵੇਂ ਅਕਸਰ ਜਿਵੇਂ ਬਾਈ ਨੇ ਇੱਕ ਨੇ ਪਹਿਲਾਂ ਇੱਧਰ ਭੇਜਿਆ ਸੀਗਾ ਮੇਰੀ ਗੁੜੀਆਂ ਨਾਲ ਮੇਰੀ ਫੋਟੋ ਭੇਜੀ ਰਾਇਲ ਫਲੈਕਸ ਹਨ ਵੀਰ ਨੇ ਤੇ ਮਤਲਬ ਇਸ ਤਰੀਕੇ ਨਾਲ ਜਦੋਂ ਕੋਈ ਨਵੀਂ ਚੀਜ਼ ਆਉਂਦੀ ਹੈ ਨਾ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਇੱਕੇ ਚੀਜ਼ ਸਾਰੇ ਦੋਸਤਾਂ ਮਿੱਤਰਾਂ ਤੱਕ ਪਹੁੰਚਾਈਏ ਵੀ ਜੇ ਕਿਸੇ ਨੂੰ ਗਿਫਟ ਦੇਣਾ ਹੈ ਕਈ ਵਾਰ ਉਲਝੇ ਉਹਨੇ ਵੀਰ ਕੀ ਗਿਫਟ ਦੇਈ ਕਿਉਂਕਿ ਸਭ ਤੋਂ ਵੱਡਾ ਗੱਲ ਹੈ ਇਹਦੇ ਵਿੱਚ ਆਪਾਂ ਨਾਮ ਦੇ ਸਕਦੇ ਆ ਬੰਦੇ ਨੂੰ ਆਪਣੇ ਪਿਆਰੇ ਨੂੰ ਆਪਾਂ ਜੋ ਵੀ ਕਿਸੇ ਨੂੰ ਕੁਝ ਲਿਖਣਾ ਹੈ ਉਹ ਲਿਖ ਕੇ ਭੇਜ ਸਕਦੇ ਆ ਤੇ ਇਹਨੂੰ ਆਰਡਰ ਕਰਨ ਦਾ ਤਰੀਕਾ ਬਈ ਦੇਸੀ वुਡ ਦੀ ਕੰਪਨੀ ਦੀ ਸਾਈਟ ਤੇ ਚਲੇ ਜਾਓ ਉਥੇ ਕਾਫੀ ਤਰ੍ਹਾਂ ਦੇ ਨਾਰਮਲ ਗੋਲ ਸ਼ੇਪ ਵਾਲੇ ਵੀ ਹੈਗੇ ਨੇ ਛੋਟੇ-ਛੋਟੇ ਵੀ ਹੈਗੇ ਨੇ ਇਹਦੇ ਨਾਲ ਦੇ ਵੱਡੇ ਵੀ ਹੈਗੇ ਨੇ ਇਹਦਾ ਰੇਟ 5000 ਹੈਗਾ ਤੇ ਮਤਲਬ ਤੁਸੀਂ ਕੋਈ ਵੀ ਉਹ ਕਰ ਸਕਦੇ ਹੋ ਇਹ ਚਾਰਜ ਹੁੰਦਾ ਚ ਕੋਈ ਸੈਲ ਸੁਲ ਨਹੀਂ ਪੈਂਦੇ ਸਿੱਧਾ ਇੱਥੋਂ ਆਨ ਆਫ ਦੀ ਸੋਚ ਹੈਗੀ ਆ ਉਪਰ ਇਹ ਉਹ ਹੈਗੇ ਤੇ ਜਿੰਨਾਂ ਦੇ ਵੀ ਮਿੱਤਰਾਂ ਦੇ ਆਫਿਸ ਨੇ ਉਹ ਜ਼ਰੂਰ ਲਿਓ ਕਿਉਂਕਿ ਇਹ ਰੱਖਣਾ ਵਧੀਆ ਲੱਗਦਾ ਤੇ ਆਕਸ ਤੇ ਵੀ ਚੱਲਦਾ ਹੈ ਤੇ ਬਲੂਟੂਥ ਤੇ ਵੀ ਚੱਲਦਾ ਹੈ ਤੇ ਵਧੀਆ ਚੀਜ਼ ਹੈਗੀ ਤੇ ਅੱਗੇ ਦੋਸਤੋ ਤੁਸੀਂ ਦੱਸਿਓ ਜਿਹੜੇ ਮਿੱਤਰਾਂ ਨੂੰ ਗਿਫਟ ਭੇਜਿਆ ਕਿੰਨਾ ਸੋਹਣਾ ਲੱਗਿਆ ਤੁਹਾਨੂੰ ਤੇ ਇੱਥੇ ਦੇਖੋ ਉਹਨਾਂ ਦਾ ਲੋਗੋ ਲੱਗਿਆ ਦੇਸੀ ਬੁੜਕ ਦਾ ਇਹ ਐ ਬੁੜਕ ਦਾ ਜਦੋਂ ਚੱਲਦਾ ਹੈ ਬੂਫਰ ਤੇ ਪਰ ਇੱਕ ਚੀਜ਼ ਹੈ ਦਫ਼ਤਰ ਦੇ ਵਿੱਚ ਰੱਖਣ ਨੂੰ ਬਹੁਤ ਸੋਹਣੀ ਚੀਜ਼ ਆ ਤੇ ਇੱਕ ਅੱਜ ਤੁਹਾਨੂੰ ਦਾ ਆਪਣੇ ਦਫ਼ਤਰ ਦੇ ਵੀ ਦਰਸ਼ਨ ਕਰਾ ਦਈਏ ਤੇ ਇਹ ਆਪਣਾ ਸਾਰਾ ਦਫ਼ਤਰ ਹੈ ਮਾਨਸਾ ਮੂਸਾ ਕੈਂਚੀਆਂ ਤੇ ਇਹ ਆਪਣੇ YouTube ਵਾਲਾ ਗਿਫਟ ਵੱਡਾ ਜਿਹੜਾ ਆਇਆ ਸੀਗਾ ਉਹ ਪਿਆ ਜੀ ਇਧਰ ਆਪਣੀ ਪੰਜਾਬੀ ਬੋਲੋ ਪੰਜਾਬੀ ਪੜੋ ਪੰਜਾਬੀ ਲਿਖੋ ਤੇ ਆਪਣੀ ਪੰਜਾਬੀ ਮਾਂ ਬੋਲੀ ਜੀ ਉਡਾੜਾ ਪਾ ਸਾਰਾ ਪੈਂਤੀ ਕਹਿ ਸਕਦੇ ਆ ਤੇ ਇਹ ਸਾਡਾ ਐਡੀਟਰ ਦਾ ਆ ਗਿਆ ਸਿਸਟਮ ਆ ਸਾਰੇ ਜੋ ਮਾਨ ਸਨਮਾਨ ਹੋਏ ਨੇ ਦੋਸਤਾਂ ਮਿੱਤਰਾਂ ਦੇ ਇਹ ਸਾਰੇ ਉਹ ਆ ਗਏ ਬਈ ਜੀ ਤੇ ਇਧਰ ਸਾਡੀ ਕਲਾਸ ਤਾਂ ਜਿਵੇਂ ਹੁਣ 21 ਮਈ ਨੂੰ ਲੱਗੀ ਆ ਹੁਣ ਅਸੀਂ ਉਹ ਚ ਕਨਸੈਪਟ ਲੈਂਦਾ ਜੀ ਫੋਟੋ ਕਰਕੇ ਉਹ ਲਾਉਣੇ ਆ ਇਹ ਸਾਡਾ ਐਡੀਟਰ ਬੈਠਾ ਹੈਗਾ ਤੇ ਕਦੇ ਵੀ ਤੁਸੀਂ ਦਫ਼ਤਰ ਆਉਣਾ ਤੇ ਪਹੁੰਚ ਸਕਦੇ ਹੋ ਦਫ਼ਤਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਤੇ ਆਪਣਾ ਇਹ ਦਫ਼ਤਰ ਜਮੂਸਾ ਕੈਂਚੀਆਂ ਤੇ ਆ ਤੇ ਉੱਪਰ ਚੜ ਕੇ ਫਰਸਟ ਫਲੋਰ ਤੇ ਹੈਗਾ ਤੇ ਇਹ ਸਾਰਾ ਆਪਣਾ ਤੁਸੀਂ ਦਫ਼ਤਰ ਦਿਖਾ ਦਿਓ ਤੇ ਕੋਈ ਵੀ ਤੁਹਾਨੂੰ ਲੋੜ ਹੈ ਕਿਸੇ ਤਰ੍ਹਾਂ ਦੀ ਆ ਸਾਡੇ ਦੋ ਨੰਬਰ ਨੇ ਇਹਨਾਂ ਤੇ ਕੰਟੈਕਟ ਕਰ ਸਕਦੇ ਹੋ ਇਹ ਵਾਲੇ ਨੰਬਰ ਨੇ ਤੇ ਇੱਕ ਆਪਣਾ ਤੁਹਾਨੂੰ ਟੈਟੂ ਵੀ ਦਿਖਾ ਦਈਏ ਦੁਬਾਰੇ ਵੀ ਕਿਵੇਂ ਬਣ ਕੇ ਉੱਭਰਿਆ ਤਾਂ ਜ਼ਰੂਰ ਦੱਸਿਓ ਤੇ ਅੱਗੇ ਜੋ ਵੀ ਮਿੱਤਰ ਸਾਡੇ ਕੋਲੇ ਆਉਂਦਾ ਕੋਈ ਨਾ ਕੋਈ ਆਪਣੀ ਯਾਦ ਦੇ ਜਾਂਦਾ ਇਹ ਟ੍ਰੈਵਲਰ ਸੁਖਦੀਪ ਬਾਈ ਲੈ ਕੇ ਗਿਆ ਤੇ ਇਹ ਬਾਈ ਸਾਡਾ ਪ੍ਰਗਟ ਜਿਹਨਾਂ ਦੀ ਚੋਨਾ ਕਿਤਾਬ ਆਈ ਸੀਗੀ ਤੇ ਉਹ ਤੁਸੀਂ ਕੋਈ ਵੀ ਆਉਂਦਾ ਸੀ ਕੋਸ਼ਿਸ਼ ਕਰਦੇ ਆ ਉਹਦੇ ਦਿਲ ਦੇ ਨੇੜੇ ਲਾ ਕੇ ਰੱਖੀ ਠੀਕ ਹੈ ਮਿੱਤਰੋ ਧੰਨਵਾਦ ਤੇ ਦੱਸਿਓ ਕਿਵੇਂ ਲੱਗਿਆ ਤੇ ਬਹੁਤ ਬਹੁਤ ਧੰਨਵਾਦ